ਅੱਜ ਮੈਂ ਤੁਹਾਨੂੰ ਦੱਸਣ ਲੱਗੀ ਹਾਂ ਫੋਰ ਪਲਾਈ ਉਨ ਬਾਰੇ ਇਹ ਉਨ ਮੋਟੀ ਐ ਥੋੜੀ ਜੀ ਹੈ ਫੋਰ ਪਲਾਈ ਦੀ ਇਹਦਾ ਰੇਟ ਐ 100 ਗ੍ਰਾਮ ਦਾ 90 ਰੁਪਏ ਗੋਲਾ ਮੈਂ ਕਰ ਲਿਆ ਇਹਨੂੰ ਆਪਾਂ 5 ਨੰਬਰ ਸਲਾਈਆਂ ਤੇ ਬੁਣ ਸਕਦੇ ਹਾਂ ਜੀਦਾ ਹੱਥ ਥੋੜਾ ਲੂਸ ਚੱਲਦਾ ਉਹ ਬ੍ਰੇਕ ਤੇ ਵੀ ਬੁਣ ਸਕਦਾ ਮੇਰਾ ਥੋੜਾ ਹੱਥ ਟਾਈਟ ਐ ਵੈਸੇ ਵੀ ਇਹ ਪੰਜ ਤੇ ਸੋਹਣੀ ਲੱਗੂ ਮੈਂ ਸ਼ੁਰੂ ਕਰੀ ਹੈ ਖੁੱਲਾ ਜਿਹੜਾ ਟੋਪ ਵਾਂਗੂ ਹੁੰਦਾ ਉਵੇਂ ਬਣਾਣੀ ਹੈ ਇਹ ਮੋਢਿਆਂ ਦੇ ਕਾਟ ਵੀ ਪਾ ਲਈ ਮੈਂ 13 ਇੰਚ ਤੇ ਮੈਂ ਕਾਟ ਪਾਈ ਹੈ ਜਿੰਨੇ ਮੈਂ ਬਾਰਡਰ ਦੇ ਲਾਏ ਨੇ ਕੁੰਡੇ ਥੱਲੇ ਉਨੇ ਹੀ ਮੈਂ ਉੱਪਰ ਰੱਖੇ ਨੇ ਉੱਪਰ ਕੋਈ ਵਧਾਏ ਨਹੀਂ ਹੈਗੇ ਬਾਰਡਰ ਸਿੰਪਲ ਹੈ ਇੱਕ ਪੁੱਠਾ ਇੱਕ ਸਿੱਧਾ ਫੋਰ ਪਲਾਈ ਦੀ ਉਨ ਹੈ ਹੁਣ ਬੜਾ ਰਵਾਜ ਹੈ ਇਹਦਾ ਵਰਦਮਾਨ ਦੀ ਹੈ ਬਹੁਤ ਸੋਨਾ ਇਹਦਾ ਜਿਹੜਾ ਉਨ ਦੀ ਕੁਆਲਿਟੀ ਹੈ ਨਾ ਬਹੁਤ ਹੀ ਵਧੀਆ ਹੈ एकदम ਸੋਫਟ ਹੈ ਬਹੁਤ ਵਧੀਆ ਲੱਗਦਾ ਮੋਟਾ ਸਵੈਟਰ ਬਣਦਾ ਹੈ ਮੈਂ ਕਿਹਾ ਚਲੋ ਤੁਹਾਡੇ ਨਾਲ ਮੈਂ ਸਾਂਝਾ ਕਰਦੀ ਹਾਂ ਜੇ ਕਿਸੇ ਨੇ ਕੁਝ ਹੋਰ ਪੁੱਛਣਾ ਹੋਇਆ ਇਹਦੇ ਬਾਰੇ ਤਾਂ ਪੁੱਛ ਸਕਦਾ ਇਹ ਮੈਂ ਸ਼ੁਰੂ ਕਰਿਆ ਦੇਖੋ ਕਿਹਜਾ ਬਣਦਾ ਜਦੋਂ ਪੂਰਾ ਹੋ ਜਾਊਗਾ ਕੰਪਲੀਟ ਬਣ ਜੂ ਇਹ ਟੋਪ ਫਿਰਮ ਦਿਖਾਉ ਤੁਹਾਨੂੰ ਕਿਵੇਂ ਦਾ ਬਣਦਾ ਬਹੁਤ ਹੀ ਪਿਆਰੀ ਹੁੰਦਾ ਮੈਨੂੰ ਲੱਗਦਾ ਇੱਕ ਟੋਪ ਨੂੰ ਇਹ ਲਗਭਗ 700 ਗ੍ਰਾਮ ਜਾਂ 750 ਗ੍ਰਾਮ ਲੱਗੂਗੇ ਕਿਉਂਕਿ ਥੋੜੀ ਮੋਟੀ ਹੁੰਨੇ ਨਾ ਇੰਨਾ ਕੁ ਮੋਟਾ ਧਗਾ ਇਹਦਾ ਹੈ ਚਾਰ ਪਲਾਈ ਦੀ ਇਹ